नमस्कार, ਤੁਸੀਂ ਦੇਖ ਰਹੇ ਹੋ ਸਭ ਤੋਂ ਭਰੋਸੇਮੰਦ ਅਤੇ ਪੰਜਾਬ ਹਰਿਆਣਾ ਹਿਮਾਚਲ ਅਤੇ ਜੰਮੂ ਕਸ਼ਮੀਰ ਦਾ ਨੰਬਰ 1 ਨਿਊਜ਼ ਚੈਨਲ ਜ਼ੀ ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਤੁਹਾਡੇ ਨਾਲ ਗੌਰਵ ਸ਼ੁਕਲਾ ਤੇ ਹਾਜ਼ਰ ਹਾਂ ਮੁੱਦੇ ਕੀ ਬਾਤ ਲੈ ਕੇ। ਧਰਮ, ਜਾਤ, ਭਾਸ਼ਾ ਦੇ ਨਾਮ ਤੇ ਸਿਆਸਤ ਕਰਦੀਆਂ ਰਹੀਆਂ ਸਿਆਸੀ ਪਾਰਟੀਆਂ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਸੁਪਰੀਮ ਫੈਸਲੇ ਮੁਤਾਬਕ ਧਰਮ, ਜਾਤ ਅਤੇ ਭਾਸ਼ਾ ਦੇ ਆਧਾਰ ਤੇ ਜੇਕਰ ਵੋਟ ਮੰਗਦੇ ਨੇ ਤਾਂ ਉਹ ਗੈਰ ਕਾਨੂੰਨੀ ਹੋਵੇਗਾ ਅਤੇ ਇਸ ਨੂੰ ਜਨ ਪ੍ਰਤੀਨਿਧੀ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਚੋਣਾਂ ਪੂਰੀ ਤਰ੍ਹਾਂ ਨਾਲ ਧਰਮ ਨਿਰਪੱਖ ਹੋਣੀਆਂ ਚਾਹੀਦੀਆਂ ਨੇ ਅਤੇ ਇਨਸਾਨ ਅਤੇ ਈਸ਼ਵਰ ਦਾ ਰਿਸ਼ਤਾ ਪੂਰੀ ਤਰ੍ਹਾਂ ਨਾਲ ਨਿੱਜੀ ਵਿਸ਼ਾ ਹੈ ਅਤੇ ਰਾਜ ਨੂੰ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲ ਤੋਂ ਬਚਣਾ ਚਾਹੀਦਾ ਹੈ। 7 ਜੱਜਾਂ ਦੀ ਬੈਂਚ ਦੇ ਵੱਲੋਂ ਇਹ ਫੈਸਲਾ 4-3 ਦੇ ਬਹੁਮਤ ਦੇ ਨਾਲ ਸੁਣਾਇਆ ਗਿਆ। ਸੁਪਰੀਮ ਕੋਰਟ ਦੇ ਫੈਸਲੇ ਦਾ ਸਿਆਸੀ ਪਾਰਟੀਆਂ ਸਵਾਗਤ ਕਰ ਰਹੀਆਂ ਨੇ, ਪਰ ਸਵਾਗਤ ਦੇ ਵਿਚਾਲੇ ਧਰਮ, ਜਾਤ ਅਤੇ ਭਾਸ਼ਾ ਦੇ ਨਾਮ ਤੇ ਵੋਟ ਮੰਗਣ ਤੇ ਸਿਆਸੀ ਪਾਰਟੀਆਂ ਦਾ ਸਟੈਂਡ ਕੀ ਹੈ ਇਹ ਜਾਣਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਉਧਰ ਇਸ ਫੈਸਲੇ ਦੇ ਮਾਇਨੇ ਕੀ ਕੱਢੇ ਜਾ ਸਕਦੇ ਨੇ ਤੇ ਜੋ ਸਭ ਤੋਂ ਅਹਿਮ ਸਵਾਲ ਹੈ ਕਿ ਪੰਜਾਬ ਦੇ ਨਜ਼ਰੀਏ ਨਾਲ ਉਹ ਇਹ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੇ ਅਸਰ ਹੋਵੇਗਾ। ਜੇਕਰ ਜਵਾਬ ਹਾਂ ਦੇ ਵਿੱਚ ਹੈ ਤਾਂ ਕੀ ਅਸਰ ਹੋਵੇਗਾ ਜਾਂ ਹੋ ਸਕਦਾ ਹੈ। ਮੁੱਦੇ ਕੀ ਬਾਤ ਦੇ ਵਿੱਚ ਅੱਜ ਚਰਚਾ ਧਰਮ, ਜਾਤ, ਭਾਸ਼ਾ ਮੁਕਤ ਚੋਣਾਂ ਕਿਵੇਂ। ਧਰਮ, ਜਾਤ ਅਤੇ ਖੇਤਰ ਨੂੰ ਆਧਾਰ ਬਣਾ ਕੇ ਸਿਆਸਤ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਪੰਜਾਬ ਦੇ ਸਿਆਸੀ ਪਾਰਟੀਆਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ, ਨਾਲ ਹੀ ਇੱਕ ਦੂਜੇ ਨੂੰ ਕੋਸਣਾ ਵੀ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਮੁਖੀ ਦੀ ਮੰਨੀਏ ਤਾਂ ਅਕਾਲੀ ਦਲ ਧਰਮ ਦੇ ਨਾਮ ਉੱਤੇ ਸਿਆਸਤ ਕਰਦਾ ਆਇਆ ਅਤੇ ਬੰਦ ਹੋਣੀ ਚਾਹੀਦੀ ਹੈ, ਜਦੋਂ ਕਿ ਅਕਾਲੀ ਦਲ ਦਾ ਕਹਿਣਾ ਹੈ ਕਿ ਧਰਮ ਨੇਕ ਰਾਹ ਦਿਖਾਉਂਦਾ ਹੈ। ਅੱਛੀ ਬਾਤ ਹੈ ਔਰ ਇਹ ਹੋਣੀ ਚਾਹੀਏ ਔਰ ਖਾਸ ਕਰਕੇ ਪੰਜਾਬ ਮੇਂ ਜੈਸੇ ਅਕਾਲੀ ਦਲ ਲੋਕੋ ਕੋ ਲੈ ਜਾਤਾ ਹੈ ਗੁਰਦੁਆਰੋਂ ਮੇਂ ਔਰ ਵਹਾਂ ਜਾ ਕੇ ਉਨਸੇ ਸੌ ਖਿਲਾਤਾ ਹੈ, ਉਨਕੋ ਸੌਗੰਧ ਲੇਤਾ ਹੈ ਕਿ ਅਕਾਲੀ ਦਲ ਕੋ ਵੋਟ ਪਾਣੀ ਹੈ ਯਾ ਗੁਰਦੁਆਰੋ ਮੇਂ ਕੇ ਬਾਹਰ ਬਾਹਰ ਵੀ ਅਰਦਾਸ ਕਰ ਦੇਤੇ ਹੈ, ਬਹੁਤ ਗਲਤ ਬਾਤ ਹੈ। ਉਹਦੇ ਇਹਨੇ ਜਿਹੜੀ ਰਾਜਨੀਤੀ ਹੈ ਉਹ ਧਰਮ ਦੇ ਥੱਲੇ ਹੋਣੀ ਚਾਹੀਦੀ, ਚਾਹੇ ਕਿਸ ਧਰਮ ਦਾ ਬੰਦਾ। ਧਰਮ ਸਾਨੂੰ ਨੇਕ ਨੀਤੀ ਸਿਖਾਉਂਦਾ, ਇਮਾਨਦਾਰੀ ਸਿਖਾਉਂਦਾ, ਕਿਸੇ ਨਾਲ ਪਿਆਰ ਸਿਖਾਉਂਦਾ। ਕੋਈ ਧਰਮ ਵੀ ਆ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਔਰ ਜਿਹੜੀਆਂ ਧਰਮਾਂ ਦੇ ਥੱਲੇ ਰਾਜਨੀਤੀ ਹੋਣੀ ਚਾਹੀਦੀ, ਰਾਜਨੀਤੀ ਧਰਮ ਨੂੰ ਰਾਜਨੀਤੀ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਉੱਥੇ ਅਕਾਲੀ ਦਲ ਦੀ ਸਹਿਯੋਗੀ ਬੀਜੇਪੀ ਦਾ ਕਹਿਣਾ ਕਿ ਉਹਨਾਂ ਨੇ ਕਦੀ ਧਰਮ ਦੇ ਨਾਮ ਉੱਤੇ ਸਿਆਸਤ ਨਹੀਂ ਕੀਤੀ, ਜਦੋਂ ਕਿ ਕਾਂਗਰਸ ਇਸ ਫੈਸਲੇ ਨੂੰ ਫਾਇਦੇ ਦੀ ਨਜ਼ਰ ਦੇ ਨਾਲ ਦੇਖ ਰਹੀ ਹੈ। ਇਹ ਤਾਂ ਬਹੁਤ ਦੇਰ ਤੋਂ ਹੈ, ਅਸੀਂ ਕਦੀ ਧਰਮ ਦੇ ਨਾਂ 'ਤੇ ਵੋਟ ਮੰਗਿਆ ਨਹੀਂ ਪੰਜਾਬ ਦੇ ਅੰਦਰ, ਨਾ ਹਿੰਦੁਸਤਾਨ ਦੇ ਅੰਦਰ। ਇਹ ਜਿਹੜੀ ਉਹ ਛੋਟੀਆਂ ਪਾਰਟੀਆਂ, ਕਾਂਗਰਸ ਵੀ ਇਹ ਕੰਮ ਕਰਦੀ ਹੈ, ਕਦੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਧਰਮ ਦੇ ਨਾਮ 'ਤੇ ਵੋਟ ਨਹੀਂ ਮੰਗੇ। ਧਰਮ, ਰੀਜਨ, ਇਨ ਸਭ ਕੀ ਚੀਜ਼, ਨਾਮ ਕੀ ਚੀਜ਼ੋਂ ਪਰ ਕੋਈ ਵੋਟ ਮੰਗਨੇ ਕਾ ਹਮੇ ਨਹੀਂ ਰੱਖਣਾ ਚਾਹੀਏ। ਯੇ ਉਨਕੇ ਲੀਏ ਖਤਰੇ ਕੀ ਘੰਟੀ ਹੈ ਜੋ ਆਪਣੇ ਆਪ ਕੋ ਪੰਥਿਕ ਪਾਰਟੀ ਕਹਤੇ ਹੈ ਜਾਂ ਹਿੰਦੂ ਪਾਰਟੀ ਕਹਤੇ ਹੈ। ਕਾਂਗਰਸ ਪਾਰਟੀ ਕੇ ਲੀਏ ਤੋ ਯੇ ਬਹੁਤ ਠੀਕ ਹੈ ਕਿਉਂਕਿ ਕਾਂਗਰਸ ਪਾਰਟੀ ਸੈਕੁਲਰ ਪਾਰਟੀ ਹੈ। ਸੁਪਰੀਮ ਕੋਰਟ ਫੈਸਲਾ ਦੇ ਚੁੱਕਾ ਹੈ, ਜ਼ਰੂਰਤ ਇਸ ਗੱਲ ਦੀ ਹੈ ਕਿ ਸਿਆਸਤਦਾਨ ਸੁਪਰੀਮ ਅਦਾਲਤ ਦੇ ਫੈਸਲੇ ਉੱਤੇ ਅਮਲ ਕਰਨ ਅਤੇ ਜਨਤਾ ਦੇ ਨਾਲ ਜੁੜੇ ਮੁੱਦਿਆਂ ਤੇ ਵੋਟ ਮੰਗ ਕੇ ਸੱਤਾ ਤੇ ਕਾਬਜ਼ ਹੋਣ। ਚੰਡੀਗੜ੍ਹ ਤੋਂ ਪੁਨੀਤ ਪਰਿੰਜਾ, ਅੰਮ੍ਰਿਤਸਰ ਤੋਂ ਰਾਜਨ ਗੁਸਾਈ ਤੇ ਨਾਲ ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ। ਜੀ, ਇਹ ਮੁੱਦਾ ਚੋਣਾਂ ਦੇ ਨਾਲ ਜੁੜਿਆ ਹੋਇਆ, ਮੁੱਦਾ ਧਰਮ ਦੇ ਨਾਲ ਜੁੜਿਆ ਹੋਇਆ, ਮੁੱਦਾ ਭਾਸ਼ਾ ਤੇ ਜਾਤ ਦੇ ਨਾਲ ਵੀ ਜੁੜਿਆ ਹੋਇਆ, ਕਿਉਂਕਿ ਹੁਣ ਤੱਕ ਸਿਆਸੀ ਪਾਰਟੀਆਂ ਇਹਨਾਂ ਤਿੰਨ ਵਿਸ਼ਿਆਂ ਨੂੰ ਚੁੱਕ ਕੇ ਖੂਬ ਲੋਕਾਂ ਦੇ ਵਿਚਾਲੇ ਜਾਂਦੀਆਂ ਹੋਈਆਂ ਨਜ਼ਰ ਆਉਂਦੀਆਂ ਰਹੀਆਂ ਨੇ। ਪਰ ਇਸ ਵਿਚਾਲੇ ਹੁਣ ਸੁਪਰੀਮ ਕੋਰਟ ਦਾ ਫੈਸਲਾ, ਇਸ 'ਤੇ ਚਰਚਾ ਕਰਾਂਗੇ ਅਤੇ ਕੁਝ ਸਵਾਲ ਜਿਨ੍ਹਾਂ ਉੱਤੇ ਕੇਂਦਰੀ ਸਾਡੀ ਅੱਜ ਦੀ ਇਹ ਚਰਚਾ ਰਹੇਗੀ। ਸਭ ਤੋਂ ਪਹਿਲਾਂ ਉਹਨਾਂ 'ਤੇ ਇੱਕ ਨਜ਼ਰ। ਸਵਾਲ ਨੰਬਰ 1 ਕਿ ਸੁਪਰੀਮ ਕੋਰਟ ਵੱਲੋਂ ਧਰਮ, ਜਾਤ, ਭਾਸ਼ਾ ਦੇ ਆਧਾਰ 'ਤੇ ਵੋਟ ਮੰਗਣਾ ਗੈਰ ਕਾਨੂੰਨੀ ਹੋਣ ਦੇ ਕੀ ਮਾਇਨੇ ਨੇ, ਕੀ ਮਾਇਨੇ ਕੱਢੇ ਜਾ ਸਕਦੇ ਨੇ ਸਿਆਸੀ ਪੱਖੋਂ, ਇਸ ਦੇ ਕੀ ਮਾਇਨੇ ਕੱਢੇ ਜਾ ਸਕਦੇ ਨੇ ਜਾਂ ਫਿਰ ਇੱਕ ਵਧੀਆ ਸਮਾਜ ਜਾਂ ਲੋਕਤੰਤਰ ਦੇ ਨਜ਼ਰੀਏ ਨਾਲ ਕੀ ਮਾਇਨੇ ਕੱਢੇ ਜਾ ਸਕਦੇ ਨੇ। ਸਵਾਲ ਇਹ ਵੀ ਹੈ ਕਿ ਧਰਮ, ਜਾਤ, ਭਾਸ਼ਾ ਦੇ ਆਧਾਰ 'ਤੇ ਵੋਟ ਮੰਗਣ 'ਤੇ ਸਿਆਸੀ ਪਾਰਟੀਆਂ ਦਾ ਸਟੈਂਡ ਕੀ ਹੈ, ਜਾਂ ਫਿਰ ਕਹੀਏ ਕਿ ਹੁਣ ਸਟੈਂਡ ਕੀ ਹੈ ਸੁਪਰੀਮ ਕੋਰਟ ਦੇ ਇਸ ਸੁਪਰੀਮ ਫੈਸਲੇ ਤੋਂ ਬਾਅਦ। ਇਹ ਵੀ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ, ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸਾਡੇ ਨਾਲ ਇਸ ਚਰਚਾ ਦੇ ਵਿੱਚ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ ਸਵਾਲ ਇਹ ਵੀ ਹੈ ਕਿ ਧਰਮ, ਜਾਤ, ਭਾਸ਼ਾ ਦੇ ਆਧਾਰ 'ਤੇ ਵੋਟ ਮੰਗਣ 'ਤੇ ਕਾਨੂੰਨੀ ਪਾਬੰਦੀ ਦਾ ਕੀ ਆਗਾਮੀ ਵਿਧਾਨ ਸਭਾ ਚੋਣਾਂ 'ਤੇ ਅਸਰ ਹੋਏਗਾ। ਖਾਸ ਤੌਰ 'ਤੇ ਅਸੀਂ ਪੰਜਾਬ ਦੀ ਗੱਲ ਕਰਾਂਗੇ, 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਕਿਸ ਵੀ ਟਾਈਮ ਅਨਾਊਂਸ ਹੋ ਸਕਦੀ ਹੈ ਡੇਟ, ਪਰ ਇਸ ਵਿਚਾਲੇ ਅਸਰ ਹੋਏਗਾ, ਇਹ ਹੋਏਗਾ ਤਾਂ ਕੀ ਅਸਰ ਹੋਏਗਾ। ਅਤੇ ਇਸੇ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜ ਰਹੇ ਹਾਂ ਅੱਜ ਦੇ ਸ਼ੋਅ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ, ਅਤੇ ਜੋ ਦਰਸ਼ਕਾਂ ਤੋਂ ਸਵਾਲ ਹੈ ਉਹ ਵੀ ਤੁਹਾਨੂੰ ਦੱਸ ਦਈਏ। ਸਵਾਲ ਕਿ ਧਰਮ, ਜਾਤ ਅਤੇ ਭਾਸ਼ਾ ਦੇ ਨਾਮ 'ਤੇ ਵੋਟ ਮੰਗਣਾ ਗੈਰ ਕਾਨੂੰਨੀ ਹੋਣ ਦੇ ਨਾਲ ਪੰਜਾਬ ਚੋਣਾਂ 'ਤੇ ਅਸਰ ਹੋਵੇਗਾ।
ਤੁਹਾਨੂੰ ਕੀ ਲੱਗਦਾ ਤੁਸੀਂ ਆਪਣੀ ਰਾਏ ਸਾਨੂੰ ਦੇ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਕਿ ਹਾਂ ਇਸ ਡਿਸੀਜ਼ਨ ਦੇ ਨਾਲ ਪੰਜਾਬ ਦੀਆਂ ਚੋਣਾਂ ਤੇ ਅਸਰ ਹੋਏਗਾ ਤਾਂ ਤੁਸੀਂ ਆਪਣਾ ਜਵਾਬ ਲਿਖੋ ZPHH SPACE DKY ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਕੋਈ ਅਸਰ ਨਹੀਂ ਹੋਏਗਾ ਤਾਂ ਲਿਖੋ ZPHH SPACE DKN ਇਸ ਨੂੰ ਭੇਜ ਦਿਓ 5757575 ਉੱਤੇ ਕਾਲ ਵੀ ਸਾਨੂੰ ਕਰ ਸਕਦੇ ਹੋ ਨੈਕਸਟ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਗੱਲ ਹੋਵੇਗੀ ਪਰ SMS ਦੇ ਜ਼ਰੀਏ ਤੁਸੀਂ ਆਪਣੀ ਰਾਏ ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਦਰਸ਼ਕਾਂ ਤੋਂ ਜੋ ਸਵਾਲ ਅਸੀਂ ਪੁੱਛ ਰਹੇ ਮੈਂ ਇੱਕ ਵਾਰ ਫਿਰ ਤੋਂ ਦੁਹਰਾ ਦਵਾਂ ਬਹੁਤ ਅਹਿਮ ਸਵਾਲ ਹੈ ਤੇ ਤੁਹਾਡੀ ਰਾਏ ਜਾਣਨੀ ਬਹੁਤ ਅਹਿਮ ਹੈ ਕਿਉਂਕਿ ਘੁੰਮ ਫਿਰ ਕੇ ਗੱਲ ਵੋਟਰ ਦੇ ਉੱਤੇ ਹੀ ਆਉਂਦੀ ਹੈ ਕਿ ਵੋਟਰ ਕੀ ਸੋਚ ਰਿਹਾ ਜਾਂ ਕੀ ਸੋਚਦਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਜੋ ਦਰਸ਼ਕਾਂ ਤੋਂ ਸਵਾਲ ਹੈ ਮੈਂ ਇੱਕ ਵਾਰ ਫਿਰ ਤੋਂ ਦੁਹਰਾ ਦਵਾਂ ਸਵਾਲ ਕਿ ਧਰਮ ਜਾਤ ਅਤੇ ਭਾਸ਼ਾ ਦੇ ਨਾਮ ਤੇ ਵੋਟ ਮੰਗਣਾ ਗੈਰ ਕਾਨੂੰਨੀ ਹੋਣ ਦੇ ਨਾਲ ਪੰਜਾਬ ਚੋਣਾਂ ਤੇ ਇਸਦਾ ਅਸਰ ਹੋਵੇਗਾ ਵਿਧਾਨ ਸਭਾ ਚੋਣਾਂ ਤੁਸੀਂ ਜਾਣਦੇ ਹੋ ਕਿ ਕੁਝ ਹੀ ਦਿਨਾਂ ਦੇ ਵਿੱਚ ਹੋਣ ਵਾਲੀਆਂ ਨੇ ਕਦੇ ਵੀ ਅਨਾਊਂਸਮੈਂਟ ਹੋ ਸਕਦੀ ਹੈ ਵਿਧਾਨ ਸਭਾ ਚੋਣਾਂ ਦੀ ਤੇ ਇਸ ਮੁਤਲਕ ਜੇਕਰ ਤੁਹਾਡੀ ਰਾਏ ਹਾਂ ਹੈ ਕਿ ਹਾਂ ਅਸਰ ਹੋਵੇਗਾ ਤਾਂ ZPHH SPACE DKY ਟਾਈਪ ਕਰੋ ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਅਸਰ ਨਹੀਂ ਹੋਵੇਗਾ ਤਾਂ ZPHH SPACE DKN ਟਾਈਪ ਕਰੋ ਭੇਜ ਦਿਓ 5757575 ਚਰਚਾ ਦੀ ਸ਼ੁਰੂਆਤ ਕਰਦੇ ਹਾਂ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਵਾਂਗੇ ਅੱਜ ਦੇ ਜਿਹੜੀ ਸਾਡਾ ਪੈਨਲ ਆ ਉਸਦੇ ਨਾਲ ਤੇ ਫਿਰ ਚਰਚਾ ਨੂੰ ਸ਼ੁਰੂਆਤ ਕਰਦੇ ਹਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਹਰਜਿੰਦਰ ਕੌਰ ਜੀ ਜੁੜ ਰਹੇ ਨੇ ਹਰਜਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਸ ਦੇ ਨਾਲ ਹੀ ਸਾਡੇ ਗੁਰਪ੍ਰਤਾਪ ਸਿੰਘ ਮਾਨ ਜੀ ਜੁੜ ਰਹੇ ਨੇ ਜੋ ਕਿ ਕਾਂਗਰਸ ਨੂੰ ਰਿਪ੍ਰੈਜ਼ੈਂਟ ਕਰਨਗੇ ਤੁਹਾਡਾ ਵੀ ਸਰ ਬਹੁਤ ਬਹੁਤ ਸਵਾਗਤ ਹੈ ਮਾਨ ਸਾਹਿਬ ਤੇ ਸਾਡੇ ਨਾਲ ਸਰਬਜੀਤ ਸਿੰਘ ਜੀ ਜੁੜ ਰਹੇ ਨੇ ਆਪਣਾ ਪੰਜਾਬ ਪਾਰਟੀ ਤੋਂ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜ ਰਹੇ ਨੇ ਸਰਬਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਇਸ ਚਰਚਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸ਼ੁਰੂਆਤ ਹੈ ਹਰਜਿੰਦਰ ਕੌਰ ਜੀ ਤੁਹਾਡੇ ਤੋਂ ਸਿਆਸਤ ਧਰਮ ਵੱਖ ਵੱਖ ਨੇ ਜਾਂ ਕਹੀਏ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਵੱਖ ਵੱਖ ਹੋਣਾ ਪਵੇਗਾ ਕਿਉਂਕਿ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਿਆਨ ਦੇ ਚੁੱਕੇ ਨੇ ਕਿ ਇਹਨਾਂ ਨੂੰ ਦੋਨਾਂ ਨੂੰ ਵੱਖ ਵੱਖ ਕਰਨਾ ਮੁਸ਼ਕਿਲ ਹੈ ਦੋਨੋਂ ਇਕੱਠੇ ਹੀ ਚੱਲਦੇ ਨੇ ਅਸਰ ਰਹਿੰਦਾ ਹੈ ਹਰਜਿੰਦਰ ਕੌਰ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਬਹੁਤ ਹਾਂ ਬਿਲਕੁਲ ਠੀਕ ਹੈ ਤੁਹਾਡੀ ਵੀ ਆਵਾਜ਼ ਆ ਰਹੀ ਹੈ ਮੈਂ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਬੇਸ਼ੱਕ ਇਹ ਅਲੱਗ ਕਰਨਾ ਮੁਸ਼ਕਿਲ ਹੈ ਕਿਉਂਕਿ ਬਹੁਤ ਕਿਹਾ ਜਾਂਦਾ ਹੈ ਰਾਜ ਬਿਨਾਂ ਇਹਨਾਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਪਰ ਇਹ ਦੋਨੋਂ ਹੀ ਆਪਣੇ ਆਪ ਵਿੱਚ ਬੜੇ ਪਾਕ ਏਰੀਆ ਨੇ ਔਰ ਇਹਨਾਂ ਦਾ ਆਪਣਾ ਆਪਣਾ ਇੱਕ ਡਿਸਿਪਲਿਨ ਹੈ ਔਰ ਮੈਂ ਸਮਝਦੀ ਹਾਂ ਕਿ ਸਾਡਾ ਜਿਹੜਾ ਕੌਨਸਟੀਟਿਊਸ਼ਨ ਵੀ ਸੈਕੂਲਰ ਹੈ ਸਾਡਾ ਦੇਸ਼ ਵੀ ਸੈਕੂਲਰ ਹੈ ਔਰ ਸ਼੍ਰੋਮਣੀ ਅਕਾਲੀ ਦਲ ਵੀ ਸੈਕੂਲਰ ਪਾਰਟੀ ਹੈ ਇਸ ਗੱਲ ਦਾ ਪ੍ਰਮਾਣ ਸਾਡੇ ਸਾਹਮਣੇ ਹੈ ਕਿ ਸਾਡੀ ਸਾਂਝ ਭਾਰਤੀ ਜਨਤਾ ਪਾਰਟੀ ਦੇ ਨਾਲ ਐਜ਼ ਅਲਾਇੰਸ ਔਰ ਅਕਾਲੀ ਦਲ ਜਿਹੜਾ ਹੈ ਜਿਹੜਾ ਸਿੱਖ ਧਰਮ ਦੀ ਵੀ ਗੱਲ ਕਰੋ ਤੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ ਔਰ ਤੁਹਾਡੇ ਸਾਹਮਣੇ ਹੈ ਕਿ ਪੰਜਾਬ ਸਟੇਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰਹਿਨਮਾਈ ਦੇ ਵਿੱਚ ਹਰ ਧਰਮ ਹਰ ਵਰਗ ਦੇ ਲੋਕ ਨੂੰ ਲੋਕਾਂ ਨੂੰ ਜਿਹੜਾ ਬਰਾਬਰੀ ਦੇ ਆਧਾਰ ਤੇ ਸਰਬੱਤ ਦੇ ਭਲੇ ਦੇ ਆਧਾਰ ਤੇ ਹੀ ਦੇਖਿਆ ਗਿਆ ਹੈਗਾ ਔਰ ਮੈਂ ਨਹੀਂ ਸਮਝਦੀ ਕਿ ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਣ ਵਾਲੀ ਹੈ ਬਲਕਿ ਮੈਂ ਸਵਾਗਤ ਕਰਦਿਆਂ ਕਹਾਂਗੀ ਕਿ ਸਾਨੂੰ ਸਭ ਨੂੰ ਮੰਨਣਾ ਚਾਹੀਦਾ ਕਿ ਧਰਮ ਬਿਲਕੁਲ ਨਿੱਜੀ ਹੁੰਦਾ ਜਿਵੇਂ ਕਿ ਧਰਮ ਦੀ ਪਰਿਭਾਸ਼ਾ ਹੀ ਜੇ ਲਾਅ ਤੇ ਕਹੀ ਜਾਂਦੀ ਹੈ ਇਸ ਵੇ ਆਫ ਲਾਈਫ ਕਿ ਸਾਡਾ ਇੱਕ ਅਕੀਦਾ ਹੋਵੇ ਸਾਡੇ ਜੀਵਨ ਦੇ ਕੋਈ ਸਿਧਾਂਤ ਹੋਣ ਉਹਨਾਂ ਸਿਧਾਂਤਾਂ ਦੇ ਸਾਡਾ ਕਿਰਦਾਰ ਖੜਾ ਹੋਵੇ ਪਰ ਜਦੋਂ ਰਾਜਨੀਤਿਕ ਪਾਰਟੀਆਂ ਦੀ ਗੱਲ ਆਉਂਦੀ ਹੈ ਜਾਂ ਰਾਜਨੀਤੀ ਦੀ ਗੱਲ ਆਉਂਦੀ ਹੈ ਉਹ ਲੋਕ ਸੇਵਾ ਦਾ ਸਮਰਪਣ ਹੈ ਉਹਦੇ ਵਿੱਚ ਧਰਮ ਦਾ ਪ੍ਰਭਾਵ ਕਿਸੇ ਪ੍ਰੈਸ਼ਰ ਵਜੋਂ ਜਾਂ ਐਕਸਪਲੋਇਟੇਸ਼ਨ ਵਜੋਂ ਹੋਣਾ ਬਿਲਕੁਲ ਗਲਤ ਵੀ ਹੈ ਠੀਕ ਹੈ ਗੁਰਪ੍ਰਤਾਪ ਸਿੰਘ ਮਾਨ ਜੀ ਸਾਡੇ ਨਾਲ ਕਾਂਗਰਸ ਤੋਂ ਜੁੜੇ ਹੋਏ ਨੇ ਮਾਨ ਸਾਹਿਬ ਕਿਸ ਤਰ੍ਹਾਂ ਦੇ ਨਾਲ ਕਾਂਗਰਸ ਇਸ ਪੂਰੇ ਫੈਸਲੇ ਨੂੰ ਦੇਖ ਰਹੀ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਧਰਮ ਦੇ ਨਾਲ ਜ਼ਿਕਰ ਹੁੰਦਾ ਹੈ ਜਦੋਂ ਕੋਈ ਸਿਆਸੀ ਰੈਲੀ ਹੋਵੇ ਚਾਹੇ ਤੁਹਾਡੀ ਹੋਵੇ ਚਾਹੇ ਵਿਰੋਧੀਆਂ ਦੀ ਹੋਵੇ ਚਾਹੇ ਧਰਮ ਦੇ ਨਾਮ ਉੱਤੇ ਕੁਝ ਮੁੱਦੇ ਚੁੱਕ ਕੇ ਕਾਂਗਰਸ ਉੱਤੇ ਇਲਜ਼ਾਮ ਲਗਾਏ ਜਾਂਦੇ ਹੋਣ ਬਹੁਤ ਸਾਰੇ ਜਿਹੜੇ ਇਸ਼ੂਜ਼ ਹੁੰਦੇ ਨੇ ਉਹ ਧਰਮ ਦੇ ਨਾਲ ਜੁੜੇ ਹੁੰਦੇ ਨੇ ਪਰ ਸਿਆਸਤਦਾਨ ਉਹਦੀ ਵਰਤੋਂ ਕਰਦੇ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਗੌਰਵ ਜੀ ਜਿਹੜਾ ਅੱਜ ਦਾ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਇਹ ਮੈਂ ਕਹੂੰਗਾ ਕਿ ਇਹ ਇਤਿਹਾਸਿਕ ਫੈਸਲਾ ਹੈ ਕਿਉਂਕਿ ਹੁਣ ਤੱਕ ਜੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ ਔਰ ਇਹ ਸ਼ੁਰੂ ਤੋਂ ਹੀ ਸੈਕੂਲਰ ਜਿਹੜੀਆਂ ਵੈਲਿਊਜ਼ 'ਤੇ ਜਿਹੜੀ ਹੈ ਕੰਮ ਕਰਦੀ ਰਹੀ ਹੈ
ਤੇ ਹੁਣ ਜਿਹੜੀ ਪੰਜਾਬ ਦੀਆਂ ਜਿਹੜੀਆਂ ਬਾਕੀ ਪਾਰਟੀਆਂ ਦੀ ਆਪਾਂ ਗੱਲ ਕਰਦੇ ਹਾਂ ਜੀ, ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਉਹਨਾਂ ਦਾ ਆਧਾਰ ਹੀ ਕਮਿਊਨਲ ਤੇ ਹੈਗਾ, ਔਰ ਉਹ ਇੱਕ ਉਹਨਾਂ ਦੇ ਜਿੱਦਾਂ ਵੀ ਉਹ ਵੀ ਔਰ ਜਿਹੜੀ ਭਾਜਪਾ ਹੈ ਉਹਨਾਂ ਦਾ ਵੀ ਜਿਹੜਾ ਹੈ ਇੱਕ ਉਹ ਹਿੰਦੂਤਵਾ ਦੇ ਆਧਾਰ 'ਤੇ ਚੱਲਦੇ ਪਏ ਨੇ, ਅਤੇ ਇਹ ਇਹਨਾਂ ਦਾ ਜਿਹੜਾ ਹੈ ਸਿੱਖਿਜ਼ਮ ਦੀ ਜਿਹੜੀ ਗੱਲ ਕਰਦੇ ਨੇ, ਜਿਹੜਾ ਇਹਨਾਂ ਦੇ ਅਤੇ ਇੰਨੇ ਹੋਇਆ ਕਿ ਇਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਜੇ ਕੋਨਸਟੀਟਿਊਸ਼ਨ ਹੀ ਦੋ ਨੇ, ਇੱਕ 1974 ਵਾਲਾ, ਇੱਕ 2008 ਵਾਲਾ। ਹਾਲੇ ਤੱਕ ਤਾਂ ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸਲੀ ਕੋਨਸਟੀਟਿਊਸ਼ਨ ਹੈ ਕਿਹੜਾ। ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਇਹਦਾ ਸਭ ਤੋਂ ਵੱਡਾ ਇੰਪੈਕਟ ਜਿਹੜਾ ਮੈਂ ਸਮਝਦਾ ਸੁਪਰੀਮ ਕੋਰਟ ਦੇ ਫੈਸਲੇ ਦਾ ਇਹ ਹੋਣ ਵਾਲਾ ਹੈਗਾ ਕਿ ਜਿਹੜਾ ਕੇਸ ਹਾਈਕੋਰਟ ਦਿੱਲੀ ਦੇ ਵਿੱਚ ਪੈਂਡਿੰਗ ਪਿਆ ਹੈਗਾ ਕਿ ਇਹ ਜਿਹੜੇ ਦੋਵਾਂ 'ਚੋਂ ਕਿਹੜਾ ਇਹਨਾਂ ਦਾ ਇਹਦੀ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈਗੀ ਹੈ, ਉਹਦੇ 'ਤੇ ਫੈਸਲਾ ਹੋਏਗਾ। ਔਰ ਮੈਂ ਇਹ ਸਮਝਦਾ ਕਿ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਨੂੰ ਮੰਨਦਿਆਂ ਹੋਇਆਂ ਹਾਈਕੋਰਟ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮਾਨਤਾ ਹੈਗੀ ਹੈ ਉਹ ਇੱਕ ਕਮਿਊਨਲ ਪਾਰਟੀ ਹੋਣ ਦੇ ਤੌਰ 'ਤੇ ਰੱਦ ਕਰੇਗੀ। ਤੁਸੀਂ ਫੈਸਲੇ ਦਾ ਸਵਾਗਤ ਕਰਦੇ ਹੋ ਮਾਨ ਸਾਹਿਬ? ਮੈਂ ਅਕਾਲੀ ਦਲ ਵਾਲੇ ਇਸ਼ੂ ਤੇ ਵੀ ਆਉਂਗਾ। ਬਿਲਕੁਲ ਫੈਸਲੇ ਦਾ ਸਵਾਗਤ ਕਰਦੇ ਹਾਂ ਔਰ ਹਾਂਜੀ ਬਿਲਕੁਲ ਫੈਸਲੇ ਦਾ ਮੈਂ ਸ਼ੁਰੂਆਤ ਤੇ ਕਿਹਾ ਸੀਗਾ ਕਿ ਇਹ ਇਤਿਹਾਸਿਕ ਫੈਸਲਾ ਹੈ ਔਰ ਬਹੁਤ ਵਧੀਆ ਫੈਸਲਾ ਹੈ। ਠੀਕ ਹੈ, ਸਾਡੇ ਨਾਲ ਸਰਬਜੀਤ ਸਿੰਘ ਜੀ ਨੇ ਆਪਣਾ ਪੰਜਾਬ ਪਾਰਟੀ ਤੋਂ। ਸਰਬਜੀਤ ਸਿੰਘ ਜੀ, ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਪੂਰੇ ਫੈਸਲੇ ਨੂੰ ਦੇਖਦੇ ਹੋ ਜੋ ਸੁਪਰੀਮ ਕੋਰਟ ਦੇ ਵੱਲੋਂ ਸੁਣਾਇਆ ਗਿਆ? ਮੈਂ ਖਾਸ ਤੌਰ 'ਤੇ ਪੰਜਾਬ ਦੀ ਸਿਆਸਤ ਦੀ ਗੱਲ ਕਰਾਂ ਤਾਂ ਕੋਈ ਵੀ ਸਿਆਸੀ ਪਾਰਟੀ ਹੋਵੇ ਉਹ ਧਰਮ ਨੂੰ ਵੱਖ ਰੱਖ ਕੇ ਚੱਲਦੀ ਹੋਈ ਨਜ਼ਰ ਆਉਂਦੀ ਨਹੀਂ। ਕਿਹਾ ਜਾਂਦਾ ਕਿ ਚਿਹਰਾ ਹੋਏਗਾ, ਜੇ CM ਦੀ ਗੱਲ ਹੁੰਦੀ ਹੈ ਤਾਂ ਸਿੱਖ ਚਿਹਰਾ ਹੋਏਗਾ, ਜ਼ਿਕਰ ਉਸ 'ਤੇ ਵੀ ਹੁੰਦਾ ਹੈ, ਨਜ਼ਰ ਦਲਿਤ ਵੋਟ ਬੈਂਕ 'ਤੇ ਵੀ ਹੁੰਦੀ ਹੈ, ਉਸਦਾ ਵੀ ਜ਼ਿਕਰ ਕੀਤਾ ਜਾਂਦਾ ਹੈ। ਕਈ ਪਾਰਟੀਆਂ ਕਹਿੰਦੀਆਂ ਨੇ ਕਿ ਡਿਪਟੀ CM ਦਲਿਤ ਹੋਵੇਗਾ। ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਇਹ ਬਹੁਤ ਦੇਰ ਪਹਿਲਾਂ ਆ ਜਾਂਦਾ ਸੀ ਫੈਸਲਾ, ਬਹੁਤ ਲੇਟ ਆਇਆ। ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਠੀਕ ਹੈ, ਇਹਦੇ ਵਿੱਚ ਜਾਤ ਪਾਤ ਦੇ ਨਾਂ ਤੇ, ਧਰਮ ਦੇ ਨਾਂ ਤੇ ਵੋਟਾਂ ਮੰਗਣੀਆਂ ਇੱਕ ਬਹੁਤ ਵੱਡਾ ਗੁਨਾਹ ਸਮਝਦਾ ਮੈਂ। ਪਰ ਜਿੰਨੀਆਂ ਵੀ ਪੁਰਾਤਨ ਪੁਰਾਣੀਆਂ ਸਿਆਸੀ ਪਾਰਟੀਆਂ, ਰਵਾਇਤੀ ਸਿਆਸੀ ਪਾਰਟੀਆਂ ਚੱਲਦੀਆਂ ਆ ਰਹੀਆਂ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ BJP ਹੈ, ਚਾਹੇ ਉਹ ਅਕਾਲੀ ਦਲ ਹੈ, ਕੋਈ ਵੀ ਪਾਰਟੀ ਇਸ ਤੋਂ ਅਛੁੱਤੀ ਨਹੀਂ ਰਹੀ। ਇਹਨਾਂ ਸਾਰਿਆਂ ਨੇ ਰੱਜ ਕੇ ਇਸ ਦੀ ਦੁਰਵਰਤੋਂ ਕੀਤੀ ਹੈ। ਇਹਨਾਂ ਕਿਸੇ ਦੇ ਹਿੰਦੂਤਵ ਦੇ ਨਾਂ 'ਤੇ ਵੋਟਾਂ ਮੰਗੀਆਂ, ਕਿਸੇ ਦੇ ਪੰਥ ਦੇ ਨਾਂ 'ਤੇ ਵੋਟਾਂ ਮੰਗੀਆਂ। ਆਹ ਨਵੀਂ ਜਿਹੜੀ ਪਾਰਟੀ ਆਈ ਸੀ ਜਿਹੜੀ ਕਹਿੰਦੇ ਸੀ ਅਸੀਂ ਸਿਸਟਮ ਚੇਂਜ ਕਰ ਰਹੇ ਹਾਂ, ਅਸੀਂ ਸੱਤਾ ਨਹੀਂ ਵਿਵਸਥਾ ਪਰਿਵਰਤਨ ਚੇਂਜ ਕਰ ਰਹੇ ਹਾਂ, ਉਹ ਵੀ ਅੱਜ ਦਲਿਤ ਨੂੰ DA DC ਦਾ ਨਾਰਾ ਦੇ ਕੇ, ਉਹ ਵੀ ਅੰਮ੍ਰਿਤਸਰ ਨੂੰ ਹੋਲੀ ਸਿਟੀ ਦਾ ਨਾਰਾ ਦੇ ਕੇ, ਅਨੰਦਪੁਰ ਸਾਹਿਬ ਨੂੰ ਹੋਲੀ ਸਿਟੀ ਲਾਉਣ ਦਾ ਨਾਰਾ ਦੇ ਕੇ ਮੁੱਦੇ ਕੁਛ ਟੈਕਨੀਕਲੀ ਇਸ਼ੂ ਲੱਗ ਰਿਹਾ। ਸਰਬਜੀਤ ਜੀ, ਤੁਹਾਡੀ ਆਵਾਜ਼ ਮੇਰੇ ਤੱਕ ਹੁਣ ਨਹੀਂ ਪਹੁੰਚ ਰਹੀ ਹੈ, ਵਿੱਚ ਆਵਾਜ਼ ਕੱਟ ਰਹੀ ਹੈ, ਮੈਂ ਤੁਹਾਡੇ ਕੋਲ ਵਾਪਸ ਆਊਂਗਾ। ਸਾਡੇ ਨਾਲ ਹਰਜਿੰਦਰ ਕੌਰ ਜੀ ਲਗਾਤਾਰ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਹਰਜਿੰਦਰ ਕੌਰ ਜੀ, ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਇਹ ਕਿਹਾ ਜਾਵੇ ਕਿ ਅਕਾਲੀ ਦਲ ਦੀਆਂ ਸਟੇਜਾਂ ਉੱਤੇ ਜ਼ਿਕਰ ਨਹੀਂ ਹੋਵੇਗਾ ਧਰਮ ਦਾ, ਕਿਉਂਕਿ ਪੰਥ ਦਾ ਜ਼ਿਕਰ ਅਕਾਲੀ ਦਲ ਵੱਲੋਂ ਤਕਰੀਬਨ ਹਰ ਸਟੇਜ ਉੱਤੇ ਕੀਤਾ ਜਾਂਦਾ ਹੈ, ਦੁਸ਼ਮਣ ਦੱਸਿਆ ਜਾਂਦਾ ਹੈ ਵਿਰੋਧੀ ਪਾਰਟੀਆਂ ਨੂੰ, ਸਿੱਖ ਧਰਮ ਦਾ, ਪੰਥ ਦਾ, ਅਤੇ ਕੀ ਹੁਣ ਉਹਨਾਂ ਸਾਰੀਆਂ ਚੀਜ਼ਾਂ ਉੱਤੇ ਰੋਕ ਲੱਗੇਗੀ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਹੈ? ਗੌਰਵ ਜੀ, ਮੈਂ ਸਮਝਦੀ ਹਾਂ ਕਿ ਇਸ ਫੈਸਲੇ ਨੂੰ ਡਿਫਾਈਨ ਕਰਨਾ ਪਏਗਾ ਕਲੈਰਿਟੀ ਦੇ ਨਾਲ। ਠੀਕ ਹੈ, ਕੁਝ ਤੱਥ ਇਤਿਹਾਸਕ ਹਨ ਜਿਨ੍ਹਾਂ ਨੂੰ ਅਸੀਂ ਕਦੇ ਝੁਟਲਾ ਨਹੀਂ ਸਕਦੇ। ਇਹ ਘਟਨਾਵਾਂ ਜਿਹੜੀਆਂ ਸਾਡੇ ਸਾਹਮਣੇ ਨੇ, ਸਾਡਾ ਇਤਿਹਾਸਕ ਪਿਛੋਕੜ ਜੋ ਸਾਨੂੰ ਦੱਸ ਰਿਹਾ, ਉਹ ਇਹ ਵੀ ਦੱਸਦਾ ਕਿ ਇਸ ਦੇਸ਼ ਦੀ ਆਜ਼ਾਦੀ ਦਾ ਮੁੱਢ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿੱਦਾਂ ਬੰਨਿਆ ਗਿਆ ਸੀਗਾ। ਔਰ ਮੈਂ ਇਹ ਗੱਲ ਬੜੇ ਮਾਣ ਨਾਲ ਕਹਿੰਦੀ ਹਾਂ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ, ਸਿੱਖ ਵਜੋਂ ਗੱਲ ਕਰਦੇ ਹਾਂ, ਤੇ ਅਸੀਂ ਸਰਬ ਸਾਂਝੀ ਵਾਲਤਾ ਦੀ ਗੱਲ ਕਰਦੇ ਹਾਂ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਔਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਇੱਕ ਮੌਕਾ ਐਸਾ ਦੱਸ ਸਕੋ ਕਿ ਜਦੋਂ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ ਹੋਣ। ਪਰ ਮੈਂ ਹਜ਼ਾਰਾਂ ਇਹੋ ਜਿਹੀਆਂ ਮਿਸਾਲਾਂ ਦੇ ਸਕਦੀ ਹਾਂ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਔਰ ਸਿੱਖ ਪੰਥ ਨੇ ਕੁਰਬਾਨੀਆਂ ਦੇ ਕੇ ਇਸ ਮਿੱਟੀ ਨੂੰ, ਇਸ ਧਰਤੀ ਨੂੰ, ਆਪਣੇ ਦੇਸ਼ ਨੂੰ ਔਰ ਮਨੁੱਖਤਾ ਨੂੰ ਬਚਾਉਣ ਲਈ ਆਪਣਾ ਸਭ ਕੁਛ ਕੁਰਬਾਨ ਦੀ ਗੱਲ ਕਰਨ ਦੀ ਗੱਲ ਕੀਤੀ ਹੈ। ਔਰ ਮੈਨੂੰ ਲੱਗਦਾ ਕਿ ਜਦੋਂ ਕਦਰਾਂ ਦੀ ਗੱਲ ਹੋਏ, ਵੈਲਿਊਜ਼ ਦੀ ਗੱਲ ਹੋਵੇ, ਉਦੋਂ ਇਹ ਮਿਸਾਲਾਂ ਔਰ ਇਤਿਹਾਸ ਦੇ ਵਿੱਚ ਜੋ ਜ਼ਬਰ ਹੋਇਆ ਹੋਵੇ, ਚਾਹੇ ਉਹ ਮਾਇਨੋਰਟੀ ਕਮਿਊਨਿਟੀ ਦੇ ਨਾਲ ਹੋਇਆ ਹੋਵੇ, ਉਹ ਜਿਹੜਾ ਹੈ ਉਹਨੂੰ ਤਾਂ
ਅਸੀਂ ਕਿਸੇ ਤਰ੍ਹਾਂ ਇਨਕਾਰ ਨਹੀਂ ਕਰ ਸਕਦੇ ਨਹੀਂ ਠੀਕ ਹੈ ਇਨਕਾਰ ਨਹੀਂ ਕਰ ਸਕਦੇ ਤੁਸੀਂ ਸ਼ੁਰੂਆਤੀ ਲਾਈਨ ਠੀਕ ਕਹੀ ਸੀ ਕਿ ਇਸ ਫੈਸਲੇ ਨੂੰ ਡਿਫਾਈਨ ਵੀ ਕਰਨਾ ਹੋਏਗਾ ਕਿ ਕਿਸ ਤਰ੍ਹਾਂ ਦੇ ਨਾਲ ਇਸ ਫੈਸਲੇ ਨੂੰ ਦੇਖਿਆ ਜਾਵੇ ਚਾਹੇ ਉਹ ਜ਼ਿਕਰ 84 ਦਾ ਹੁੰਦਾ ਹੈ ਜਾਂ ਫਿਰ ਕੋਈ ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਧਰਮ ਦੇ ਨਾਲ ਜੁੜੇ ਹੋਏ ਨੇ ਕਿ ਉਹਨਾਂ ਦਾ ਜ਼ਿਕਰ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਇਹ ਵੀ ਇੱਕ ਚਰਚਾ ਦਾ ਵਿਸ਼ਾ ਹੈ ਪਰ ਮਾਨ ਸਾਹਿਬ ਜਿਸ ਤਰ੍ਹਾਂ ਦੇ ਨਾਲ ਜ਼ਿਕਰ ਕਾਂਗਰਸ ਦੇ ਵੱਲੋਂ ਵੀ ਸਿਆਸੀ ਸਟੇਜਾਂ ਉੱਤੋਂ ਹੀ ਕੀਤਾ ਜਾਂਦਾ ਰਿਹਾ ਕਿ ਧਰਮ ਦਾ ਜ਼ਿਕਰ ਹੁੰਦਾ ਹੈ ਬੇਸ਼ੱਕ ਤੁਸੀਂ ਖੁਦ ਨੂੰ ਸੈਕੂਲਰ ਕਹਿ ਰਹੇ ਹੋ ਪਰ ਤੁਹਾਨੂੰ ਲੱਗਦਾ ਕਿ ਇਹ ਕਾਂਗਰਸ ਦੇ ਲਈ ਲਾਹੇਵੰਦ ਹੋ ਸਕਦਾ ਕਿਉਂਕਿ ਤੁਸੀਂ SGPC ਤੋਂ ਦੂਰ ਹੋ SGPC ਦਾ ਜ਼ਿਕਰ ਹੋਵੇ ਜਾਂ ਫਿਰ ਦੂਜੇ ਪਾਸੇ BJP ਦਾ ਅਸੀਂ ਜ਼ਿਕਰ ਕਰ ਲਈਏ ਤੁਸੀਂ ਇਲਜ਼ਾਮ ਲਗਾਉਂਦੇ ਹੋ ਕਿ ਉਹ ਹਿੰਦੂਤਵ ਦੀ ਗੱਲ ਕਰਦੇ ਨੇ ਤਾਂ ਕਾਂਗਰਸ ਨੂੰ ਇਸ ਦੇ ਵਿੱਚ ਬੈਨੀਫਿਟ ਨਜ਼ਰ ਆਉਂਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੌਰਵ ਜੀ ਹੁਣ ਸਭ ਤੋਂ ਇਹਦਾ ਜਿਹੜਾ ਇੰਪੈਕਟ ਹੋਣ ਵਾਲਾ ਹੈਗਾ ਉਹ ਦੇਖੀਏ ਆਪਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਫੈਸਲਾ ਕਰਨਾ ਪਏਗਾ ਕਿ ਉਹਨਾਂ ਨੇ ਚੋਣਾਂ ਕਿਹੜੀਆਂ ਲੜਨੀਆਂ ਨੇ SGPC 'ਤੇ ਲੜਨੀਆਂ ਨੇ ਕਿ ਦੂਜੀਆਂ ਲੜਨੀਆਂ ਨੇ ਹੁਣ ਜੇ ਤਾਂ ਜਾਂ SGPC ਲੜ ਲੈਣਗੇ ਅਤੇ ਜਾਂ ਦੂਜੀਆਂ ਲੜ ਲੈਣਗੇ ਉਹ ਸਦਾ ਹੀ ਉਹਨਾਂ ਨੇ SGPC ਨੂੰ ਇੱਕ ਤਰੀਕੇ ਦਾ ਇੱਕ ਵਰਤ ਕੇ ਉਹਨਾਂ ਨੇ ਮੇਨਸਟ੍ਰੀਮ ਪੋਲੀਟਿਕਸ ਨੂੰ ਉਹ ਇਨਫਲੂਐਂਸ ਕਰਦੇ ਨੇ ਹੁਣ ਉਹਨਾਂ ਨੂੰ ਇੱਕ ਬੜਾ ਇਹ ਸੁਪਰੀਮ ਕੋਰਟ ਦੇ ਫੈਸਲੇ ਦਾ ਇਹ ਬੜਾ ਕਲੀਅਰ ਜਿਹੜਾ ਹੈ ਉਹਦਾ ਆਊਟਕਮ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਫੈਸਲਾ ਲੈਣਾ ਪਏਗਾ ਕਿ ਉਹ SGPC 'ਤੇ ਚੋਣਾਂ ਲੜਨੀਆਂ ਨੇ ਉਹਨਾਂ ਨੇ ਕਿ ਮੇਨਸਟ੍ਰੀਮ ਇਲੈਕਸ਼ਨ ਲੜਨੀਆਂ ਨੇ 2017 ਦੀਆਂ ਇਹਦਾ ਔਰ ਜਿਹੜਾ ਹੁਣ ਬਾਦਲ ਸਾਹਿਬ ਜਦੋਂ ਵੀ ਹਰ ਸਟੇਜ 'ਤੇ ਆ ਕੇ ਜਦੋਂ ਵੀ ਉਹਨਾਂ ਨੂੰ ਹਾਰ ਦਿਸਦੀ ਸੀ ਜਾਂ ਉਹਨਾਂ ਨੂੰ ਕਿਸੇ ਪਾਸੇ ਕੋਈ ਮਾੜਾ ਇੰਪੈਕਟ ਆਉਂਦਾ ਸੀ ਉਹ ਕਹਿੰਦੇ ਸੀਗੇ ਪੰਥ ਖਤਰੇ 'ਚ ਆ ਉਹਨਾਂ ਨੂੰ ਕੋਈ ਵੀ ਗੱਲ ਹੁੰਦੀ ਸੀ ਕਿ ਉਹਨਾਂ ਨੂੰ ਪੰਥ ਖਤਰੇ 'ਚ ਪਾ ਕੇ ਅਤੇ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਕੇ ਉਹਨਾਂ ਨੂੰ ਡਰਾ ਕੇ ਪੰਥ ਨੂੰ ਖਤਰਾ ਕਰਕੇ ਤੋਂ ਉਹਨਾਂ ਨੇ ਇਹ ਕਰਦੇ ਸੀਗੇ ਹੁਣ ਉਹ ਗੱਲ ਜਿਹੜੀ ਹੈ ਨਹੀਂ ਹੋ ਸਕਦੀ ਹੁਣ ਲੋਕਾਂ ਨੂੰ ਉਹ ਜਿਹੜਾ ਹੈ ਇਸ ਆਪਣੇ ਪੰਥ ਦੇ ਨਾਂ 'ਤੇ ਜਾਂ SGPC ਦੀਆਂ ਚੋਣਾਂ ਦੇ ਜਾਂ ਧਰਮ ਨੂੰ ਆਧਾਰ ਬਣਾ ਕੇ ਗੁਰਦੁਆਰਿਆਂ ਦੀ ਪੋਲੀਟਿਕਸ ਜਿਹੜੀ ਹੈ ਉਹ ਨਹੀਂ ਕਰ ਸਕਣਗੇ ਸਭ ਤੋਂ ਵੱਡਾ ਇਹਦਾ ਲਾਭ ਪੰਜਾਬ ਨੂੰ ਦੇਸ਼ ਨੂੰ ਇਹ ਹੋਇਆ ਸੁਪਰੀਮ ਕੋਰਟ ਦੇ ਅੱਜ ਦੇ ਫੈਸਲੇ ਦੇ ਨਾਲ ਚਲੋ ਠੀਕ ਹੈ ਪਰ ਉਸ ਤੋਂ ਪਹਿਲਾਂ ਜੋ ਦਰਸ਼ਕਾਂ ਤੋਂ ਸਵਾਲ ਹੈ ਉਸਦਾ ਵੀ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਦਈਏ ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਸਵਾਲ ਪੁੱਛ ਰਹੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਜੁੜਿਆ ਹੋਇਆ ਕਿ ਧਰਮ ਜਾਤ ਅਤੇ ਭਾਸ਼ਾ ਦੇ ਨਾਮ 'ਤੇ ਵੋਟ ਮੰਗਣਾ ਗੈਰ ਕਾਨੂੰਨੀ ਹੋਣ ਦੇ ਨਾਲ ਪੰਜਾਬ ਚੋਣਾਂ 'ਤੇ ਅਸਰ ਪਵੇਗਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੀ ਰਾਏ ਹਾਂ ਜਾਂ ਨਾ ਦੇ ਵਿੱਚ ਸਾਨੂੰ ਭੇਜ ਸਕਦੇ ਹੋ ਇਸ ਦੇ ਲਈ ਤੁਹਾਨੂੰ ਮੈਸੇਜ ਕਰਨਾ ਹੋਏਗਾ 5757575 ਉੱਤੇ ਅਤੇ ਨਾਲ ਹੀ ਸਾਨੂੰ ਕਾਲ ਕਰ ਸਕਦੇ ਹੋ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਗੱਲ ਤੁਹਾਡੇ ਨਾਲ ਹੋਵੇਗੀ ਛੋਟਾ ਜਿਹਾ ਬ੍ਰੇਕ